ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਰੁੜਕਾ ਕਲਾਂ ਵਿਖੇ ਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਦੰਦੂਵਾਲ, ਜਿਸਨੇ ਕਿ ਰੁੜਕਾ ਕਲਾਂ ਤੋਂ ਕਾਂਗਾ ਟੀਸੀਆਂ ਰੋਡ ਦੇ ਠੇਕੇ 'ਤੇ ਜ਼ਮੀਨ ਲਈ ਹੋਈ ਹੈ, ਜਿਸ ਵਿੱਚ ਬੀਜੀ ਕਣਕ ਨੂੰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਸ ਅੱਗ ਨਾਲ ਲਗਭਗ 2 ਖੇਤ ਸੜ ਕੇ ਸਵਾਹ ਹੋ ਗਏ। ਇਸ ਮੌਕੇ ਮਨਦੀਪ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ ਹੈ। ਉਹਨਾਂ ਕਈ ਵਾਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਬਿਜਲੀ ਦੀਆਂ ਤਾਰਾਂ ਠੀਕ ਕੀਤੇ ਜਾਣ ਦੀ ਮੰਗ ਕੀਤੀ ਸੀ, ਪਰ ਵਿਭਾਗ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਸਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ। ਉੱਧਰ ਅਡੀਸ਼ਨਲ SDO ਨਰਿੰਦਰ ਮਿੱਤਰ ਨੇ ਦੱਸਿਆ ਕਿ ਮੈਨੂੰ ਖਪਤਕਾਰ ਦਾ ਫੋਨ ਆਇਆ ਤਾਂ ਮੈਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਬਿਜਲੀ ਦੀਆਂ 2 ਤਾਰਾਂ ਆਪਸ ਵਿੱਚ ਜੁੜਨ ਨਾਲ ਇਹ ਹਾਦਸਾ ਵਾਪਰਿਆ ਹੈ। ਮਨਦੀਪ ਸਿੰਘ ਦੇ ਹੋਏ ਨੁਕਸਾਨ ਦਾ ਮਹਿਕਮੇ ਵੱਲੋਂ ਮੁਆਵਜ਼ਾ ਦੇਣ ਦਾ ਭਰੋਸਾ ਵੀ ਦਿਵਾਇਆ। ਹਾਂਜੀ ਭਾਜੀ, ਮੈਂ ਨਾ ਇੱਥੇ ਕਈ ਵਾਰੀ ਬਿਜਲੀ ਵਾਲਿਆਂ ਨੂੰ ਦੱਸ ਚੁੱਕਾ ਵੀ ਮੇਰੀਆਂ ਤਾਰਾਂ ਨੀਵੀਆਂ ਆ, ਮੇਰੇ ਨਾ ਕੰਬਾਈਨ ਲੰਘਦੀ ਨਾ ਥੱਲੇ ਦੀ ਟਰੈਕਟਰ ਲੰਘਦਾ, ਪਰ ਇੱਥੇ ਰੇਖ ਸਾਲ ਕਿਸੇ ਨੇ ਨਹੀਂ ਸੁਣੀ। ਆਹ 3 ਵਾਰੀ ਮੇਰੇ ਅੱਗ ਲੱਗੀ ਆ, ਪਰੂ ਵੀ ਲੱਗੀ ਸੀ, ਪਰਾਰ ਵੀ ਲੱਗੀ ਸੀ। ਐਤਕੀ ਪਰੂ ਨਾੜ ਲੂ ਹੁੰਦਾ ਸੀ, ਐਤਕੀ ਕਣਕ ਲੂ ਹੋਈ ਆ, ਪਰ ਕਿਸੇ ਨੇ ਆ ਕੇ ਦੇਖਿਆ ਨਹੀਂ ਇੱਥੇ। ਕਿੰਨੀ ਕਣਕ ਲੂ ਹੋਈ? ਕਣਕ ਦੇ 2.5 ਖੱਤੇ ਮੇਰੇ ਇੱਥੇ ਲੂ ਹੋਏ, 3 ਖੱਤੇ ਤੇ ਬਾਕੀ ਢਾਈਆਂ ਖੱਤਿਆਂ ਲੂ ਹੋ ਗਿਆ, ਅੱਧਾ ਖੱਤਾ ਖਰਾਬ ਹੋ ਗਿਆ ਆ, ਟਰੈਕਟਰ ਨਾਲ ਭੰਨ ਭੁੰਨ ਕੇ, ਜਾਣੀ ਕਿ ਪੋਜ 3 ਖੱਤਿਆਂ ਦੇ ਵਿੱਚ ਨੁਕਸਾਨ ਮੇਰਾ ਹੋ ਗਿਆ। ਬਿਜਲੀ ਵਾਲਿਆਂ ਦੀਆਂ ਮੈਂ ਮਿਹਨਤਾਂ ਕਰਕੇ ਮਰ ਗਿਆ, ਮੈਂ ਮੇਰੀਆਂ ਤਾਰਾਂ ਆ ਕੇ ਦੇਖੋ ਕਿਸੇ ਨਹੀਂ ਦੇਖੀ। ਨਰਿੰਦਰ ਕੁਮਾਰ, ਐਡੀਸ਼ਨਲ SDO ਰੁੜਕਾ ਕਲਾਂ ਵਿਖੇ ਕੰਮ ਕਰ ਰਿਹਾ, ਬਤੌਰ SDO ਮੇਰੇ ਕੋਲ ਚਾਰਜ ਹੈਗਾ। ਜਦੋਂ ਇਹ ਖਪਤਕਾਰਾਂ ਦੀ ਮੈਨੂੰ ਫੋਨ ਆਇਆ ਕਿ ਇੱਥੇ ਅੱਗ ਲੱਗ ਗਈ ਹੈ, ਮੈਂ ਫੌਰੀ ਤੌਰ 'ਤੇ ਇੱਥੇ ਪਹੁੰਚਿਆ, ਦੇਖਿਆ ਕਿ 2 ਲਾਈਨਾਂ ਆਪਸ ਭਿੜੀਆਂ ਹੋਈਆਂ, ਜਿਹਦੇ ਘਰ ਸਪਾਰਕ ਹੋਣ ਕਰਕੇ ਅੱਗ ਲੱਗੀ। ਠੀਕ ਆ, ਇਸ ਤਰ੍ਹਾਂ ਇਹਦਾ ਤਕਰੀਬਨ 2 ਖੇਤ ਦਾ ਜਿਹੜਾ ਨੁਕਸਾਨ ਹੋਇਆ ਹੈ ਕਣਕ ਦਾ, ਜਿਹੜੀ ਅਸੀਂ ਭਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।